ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਸ੍ਰੀ ਦੀ ਜੈ ਸ੍ਰੀ ਅੱਜ ਮਸੀਹ ਏਕਤਾ ਸੰਘਰਸ਼ ਕਮੇਟੀ ਪੰਜਾਬ ਪਿੰਡ ਸ਼ੇਖ ਪੱਟੀ ਵਿੱਚ ਪਹੁੰਚੀ ਆ ਜਿੱਥੇ ਇਸ਼ੂ ਕ੍ਰੀਏਟ ਹੋ ਰਿਹਾ ਧਰਮ ਦੇ ਧਰਮ ਨੂੰ ਲੈ ਕੇ ਤੇ ਉੱਥੇ ਆਪਾਂ ਜਾ ਕੇ ਜਾਇਜ਼ਾ ਲਿਆ ਆ ਪਿੰਡ ਦੇ ਸਰਕਾਰਯੋਗ ਸਾਥੀ ਮਜਬੀ ਸਿੰਘ ਭਰਾ ਵੀ ਸਾਡੇ ਨਾਲ ਨੇ ਸ਼ੁਰੂ ਤੋਂ ਨਾਲ ਰਹੇ ਨੇ ਅੱਜ ਵੀ ਸਾਡੇ ਨਾਲ ਨੇ ਈਸਾਈ ਭਾਈਚਾਰਾ ਤੇ ਮਜਬੀ ਸਿੰਘ ਭਰਾ ਜਿਹੜੇ ਨੇ ਸਭ ਇੱਕ ਨੇ ਪਰ ਸਰਪੰਚੀ ਦੇ ਗੱਲ ਤੋਂ ਲੈ ਕੇ ਪਹਿਲਾਂ ਕੋਈ ਗ੍ਰਾਂਟ ਆਈ 2 ਲੱਖ ਰੁਪਏ ਦੀ ਚਰਚ ਦੀ ਉਹਦੇ ਤੋਂ ਗੱਲ ਚੱਲੀ ਆ ਤੇ ਸਰਪੰਚ ਉਹਨੇ ਗ੍ਰਾਂਟ ਨਹੀਂ ਲਾਈ ਚਰਚ ਦੇ ਉੱਤੇ ਤੇ ਸਰਪੰਚੀ ਨੂੰ ਲਾ ਕੇ ਪ੍ਰਬੰਧਕ ਲਾ ਦਿੱਤਾ ਗਿਆ ਪਿੰਡ 'ਚ ਤੇ ਹੁਣ ਸਾਡੇ ਭਰਾ ਜਿਹੜੇ ਨੇ ਇਹ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਨੇ ਕਿਹਾ ਕਿ ਕਣਕ ਇਹਨਾਂ ਨੂੰ ਵੰਡਾਈ ਆ ਤੇ ਕਣਕ ਅੱਗੇ ਖੜਦਾ ਸੀ 20-20 ਤੋੜੇ ਅੱਜ ਖੜੇ ਨੇ 2 ਤੋੜੇ ਉਹਦੇ ਵੱਲ ਗਏ ਤੇ ਉਹਦੇ ਤੋਂ ਲੜਾਈ ਹੋਈ ਆ ਜਿਹੜੇ ਗੱਲ ਅਸਲ ਪਿੰਡ ਜਾ ਕੇ ਪਤਾ ਲੱਗਾ ਉਹਦੇ ਤੋਂ ਇਸ਼ੂ ਬਣਾਇਆ ਜਾ ਰਿਹਾ ਹੈ ਜਾਤ ਪਾਤ ਦਾ ਨਾ ਬਣਾਇਆ ਜਾਵੇ ਕਿਉਂਕਿ ਭਾਈਚਾਰੇ ਦੀ ਸਾਂਝ ਜਿਹੜੀ ਇਹਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਸਾਰੇ ਇੱਕ ਮਿਕ ਆ ਅਸੀਂ ਗੁਜ਼ਾਰਿਸ਼ ਕਰਦੇ ਹਾਂ ਵੀ ਜਿਹੜਾ ਵੀ ਧਰਮ ਦਾ ਇਸ਼ੂ ਬਣਾ ਰਹੇ ਨੇ ਉਹਨਾਂ ਨੂੰ ਵੀ ਨਾ ਧਰਮ ਦਾ ਇਸ਼ੂ ਨਾ ਬਣਾਇਆ ਜਾਏ ਕਿਉਂਕਿ ਪੰਜਾਬ ਦੇ ਵਿੱਚ ਅੱਗੇ ਅੱਗ ਲੱਗੀ ਪਈ ਆ ਤੇ ਇਹਨੂੰ ਮਾਹੌਲ ਨੂੰ ਕ੍ਰੀਏਟ ਨਾ ਕੀਤਾ ਜਾਵੇ ਤਾਂ ਕਿ ਭਾਈਚਾਰਿਕ ਸਾਂਝ ਜਿਹੜੀ ਉਹ ਬਣੀ ਰਹੇ ਸਾਡੇ ਨਾਲ ਪਿੰਡ ਦੇ ਵਸਨੀਕ ਮੌਜੂਦ ਨੇ ਜੋ ਆਮ ਆਦਮੀ ਪਾਰਟੀ ਦੇ ਆਗੂ ਨੇ ਤੁਹਾਡੇ ਨਾਲ 2 ਮਿੰਟ ਗੱਲ ਕਰਨੀ ਹੈ ਸਰਪੰਚ ਦਾ 2 ਲੱਖ ਰੁਪਏ ਲਾ ਦੋ ਕਹਿੰਦਾ ਮੈਂ ਨਹੀਂ ਲਾਉਣਾ 2 ਲੱਖ ਰੁਪਏ ਚਰਚ ਦੇ ਵਿੱਚ ਜੀ ਠੀਕ ਹੈ ਜੀ ਅਸੀਂ ਪ੍ਰਬੰਧਕ ਲਵਾ ਕੇ ਚਰਚ ਵਿੱਚ ਕੰਮ ਚਾਲੂ ਕੀਤਾ ਸੀ ਇਹ ਨਾ ਕੇ ਡਾਕਟਰ ਵੀ ਨਹੀਂ ਚਰਚ ਵਿੱਚ ਨਹੀਂ ਲੱਗੇ ਦੇਣਾ ਇਹ ਮੈਂ ਹੀ ਲਾਊਂਗਾ ਅੱਧਾ ਗੁਰਦੁਆਰਾ ਲਾਊਂਗਾ ਜਾਂ ਕਿੱਦਾਂ ਇਹਨੇ ਕੁਛ ਝੂਠਾ ਇਲਜ਼ਾਮ ਲਾ ਕੇ ਨੇ ਟੋੜਾ ਸਾਡੇ ਤੇ ਚਲਾਇਆ ਤੇ ਜਿਹੜਾ ਗੁਰਦੁਆਰੇ ਵਿੱਚ ਮੁੱਦਾ ਬਣਾਇਆ ਨੇ ਸਾਨੂੰ ਰੋੜੇ ਮਾਰਿਆ ਹੱਥ ਜੋੜ ਕੇ ਸਾਡੀ ਇਹੋ ਬੇਨਤੀ ਹੈ ਵੀ ਅਸੀਂ ਕਿਸੇ ਗਾੜੀ ਰੋੜਾ ਨਹੀਂ ਮਾਰਿਆ ਤੇ ਜੇ ਚੱਲੇ ਵੀ ਉਹ ਰੋੜੇ ਕਿਤੇ ਡਿੱਗਦਾ ਤਾਂ ਆਪਾਂ ਉਸ ਰੋੜੇ ਦੀ ਮਾਫੀ ਮੰਗਦੇ ਹਾਂ ਜੀ ਠੀਕ ਹੈ ਜੀ ਇਹ ਕੋਈ ਮੁੱਦਾ ਨਹੀਂ ਕੋਈ ਧਰਮਾਂ ਦਾ ਕੁਛ ਨਹੀਂ ਹੈਗਾ ਜਾਇਆ ਜੀ ਇਹ ਮੁੱਦਾ ਉਠਾਈ ਜਾ ਰਿਹਾ ਜੀ ਸਾਰਿਆਂ ਨੂੰ ਸਲਾਮ ਜੀ ਸਤਿ ਸ੍ਰੀ ਅਕਾਲ ਅੱਜ ਸ਼ੇਖ ਭੱਟੀ ਪਿੰਡ ਪਹੁੰਚੇ ਹਾਂ ਜੀ ਜੋ ਵੀ ਜਿਹੜਾ ਇਸ਼ੂ ਕ੍ਰੀਏਟ ਹੋਇਆ ਵਾ ਧਰਮ ਦਾ ਲੈ ਕੇ ਕੋਈ ਵੀ ਇਹਦੇ ਵਿੱਚ ਧਰਮ ਦੀ ਗੱਲ ਨਹੀਂ ਹੈਗੀ ਅਸਲ ਵਿੱਚ ਆ ਮਜਬੀ ਸਿੱਖ ਵੀਰ ਸਾਡੇ ਨਾਲ 5 ਖੜੇ ਨੇ ਨਾਲ ਸਾਡੀਆਂ ਭੈਣਾਂ ਵੀ ਨਾਲ ਨੇ ਖੜੀਆਂ ਇਹ ਪਿੰਡ ਵਿੱਚ ਜਦੋਂ ਆਪਾਂ ਇਨਵੈਸਟੀਗੇਸ਼ਨ ਕੀਤੀ ਜਾਣਗੇ ਉਹ ਦੱਸ ਰਹੇ ਨੇ ਕਿ ਬੜਾ ਵਧੀਆ ਸਾਡੇ ਵਿੱਚ ਭਾਈਚਾਰਕ ਸਾਂਝ ਆ ਮਜਬੀ ਸਿੱਖਾਂ ਵਿੱਚ ਤੇ ਇਸਾਈਆਂ ਵਿੱਚ ਇੱਦਾਂ ਦੀ ਵੀ ਕੋਈ ਗੱਲ ਹੈ ਨਹੀਂ ਆ ਕਿ ਧਾਰਮਿਕ ਮੁੱਦਾ ਬਣੇ ਤੇ ਬੇਨਤੀ ਆ ਕਿ ਇਸ ਨੂੰ ਧਾਰਮਿਕ ਮੁੱਦਾ ਨਾ ਬਣਾਇਆ ਜਾਵੇ ਕਿਉਂਕਿ ਪਹਿਲਾਂ ਹੀ ਪੰਜਾਬ ਦਾ ਜਿਹੜਾ ਬਹੁਤ ਜਿਹੜਾ ਮਾਹੌਲ ਖਰਾਬ ਆ ਕੁਝ ਲੋਕ ਮਤਲਬ ਇਸ ਚੀਜ਼ ਨੂੰ ਬਣਾ ਰਹੇ ਨੇ ਧਾਰਮਿਕ ਮੁੱਦਾ ਪਰ ਇਸ ਧਾਰਮਿਕ ਮੁੱਦਾ ਨਹੀਂ ਹੈਗਾ ਪਲੀਜ਼ ਇਹਨੂੰ ਧਾਰਮਿਕ ਮੁੱਦਾ ਨਾ ਬਣਾਇਆ ਜਾਵੇ ਇੰਨੀਆਂ ਬੇਨਤੀ ਕਰਦੇ ਸਾਰਿਆਂ ਨੂੰ ਸਲਾਮ ਜੀ ਸਤਿ ਸ਼੍ਰੀ ਅਕਾਲ।